ਸੋ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਇੱਕ ਬਾਲੀਵੁੱਡ ਦੀ ਡਾਇਰੈਕਟ ਰਿਲੀਜ਼ ਕੀਤੀ ਗਈ, ਜਿਸ ਦੇ ਵਿੱਚ ਜਿੰਨੇ ਵੀ ਪੰਜਾਬੀ ਸਿਨੇਮਾ ਦੇ ਪੰਜਾਬੀ ਸਿੰਗਰ ਆਰਟਿਸਟ ਨੇ ਉਹਨਾਂ ਦੇ ਜਿਹੜੇ ਕੰਟੈਕਟ ਜਿਹੜੇ ਉਹਦੇ ਵਿੱਚ ਹੋਣਗੇ, ਅਤੇ ਬਹੁਤ ਸਾਰਿਆਂ ਲੋਕਾਂ ਨੂੰ, ਬਹੁਤ ਸਾਰੇ ਮੀਡੀਆ ਪਰਸਨ ਨੂੰ ਬਹੁਤ ਜ਼ਿਆਦਾ ਆਸਾਨੀ ਹੋਵੇਗੀ ਉਹਨਾਂ ਨਾਲ ਕੰਟੈਕਟ ਕਰਨ ਵਾਸਤੇ। ਅਤੇ ਇਸ ਫੰਕਸ਼ਨ ਦੇ ਵਿੱਚ ਬਹੁਤ ਸਾਰੇ ਪੰਜਾਬੀ ਕਲਾਕਾਰ ਵੀ ਪਹੁੰਚੇ ਨੇ। ਅੱਜ ਸਾਡੇ ਨਾਲ ਨੇ ਰਾਜ ਬਰਾੜ ਜੀ, ਵੈਲਕਮ ਜੀ ਤੁਹਾਡਾ ਹਮਦਰਦ ਨਿਊਜ਼ 'ਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਜਿਹੜਾ ਅੱਜ ਸਪਨ ਮਚੰਦਾ ਵੱਲੋਂ ਜਿਹੜਾ ਐਫਰਟ ਕੀਤਾ ਗਿਆ, ਜਿਹੜੀ ਬਾਲੀਵੁੱਡ ਦੀ ਡਾਇਰੈਕਟ ਰਿਲੀਜ਼ ਕੀਤੀ ਗਈ ਹੈ, ਇਸ ਐਫਰਟ ਬਾਰੇ ਕੀ ਕਹਿਣਾ ਚਾਹੋਗੇ? ਇਸ ਐਫਰਟ ਬਾਰੇ ਇਹੀ ਹੈ ਜੀ ਕਿ ਕਲਾਕਾਰ ਵੈਸੇ ਤਾਂ ਲੋਕਾਂ ਦਾ ਬਣਾਇਆ ਹੁੰਦਾ, ਬਹੁਤ ਮਸ਼ਹੂਰ ਹੁੰਦਾ, ਪਰ ਫਿਰ ਵੀ ਕਈ ਲੋਕ ਪਿਆਰ ਕਰਦੇ ਹੁੰਦੇ, ਉਹਨੂੰ ਮਿਲਣਾ ਚਾਹੁੰਦੇ ਹੁੰਦੇ ਆ, ਉਹਦਾ ਨੰਬਰ ਚਾਹੁੰਦੇ ਹੁੰਦੇ ਆ। ਉਹ ਸਪਨ ਮਚੰਦਰ ਨੇ ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ ਅਤੇ ਉਹ ਮੈਨੂੰ ਲੱਗਦਾ ਕਾਮਯਾਬ ਹੋਊਗੀ, ਸਾਨੂੰ ਲੋਕਾਂ ਦਾ ਹੋਰ ਪਿਆਰ ਮਿਲੂਗਾ। ਆਮ ਲੋਕਾਂ ਦੇ ਵਿੱਚ ਇਹੀ ਹੁੰਦਾ ਵੀ ਕੋਈ ਪੁਲਿਸ ਵਾਲਾ ਹੈ ਉਹਨੂੰ ਤਾਂ ਮੇਰਾ ਰੋਹਬ ਹੋਵੇ, ਕੋਈ ਬਦਮਾਸ਼ ਹੁੰਦਾ ਹੈ ਉਹਨੂੰ ਹੁੰਦਾ ਮੇਰੀ ਦਹਿਸ਼ਤ ਹੋਵੇ। ਬਿਲਕੁਲ। ਕਲਾਕਾਰ ਨੂੰ ਇਹੀ ਹੁੰਦਾ ਕਿ ਮੈਨੂੰ ਕਿੰਨੇ ਲੋਕ ਪਿਆਰ ਕਰਦੇ ਆ, ਅਤੇ ਉਹੀ ਹੁੰਦਾ ਉਹ ਪਿਆਰ ਉਸ ਪਰ ਮਚੰਦਰ ਨੇ ਹੁਣ ਪਿਆਰ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਆ, ਅਤੇ ਅਸੀਂ ਆਪਣੇ ਵੱਲੋਂ ਵਧੀਆ ਗਾਣੇ ਗਾ ਕੇ ਵਧੀਆ ਵੀਡੀਓ ਬਣਾ ਕੇ ਅਸੀਂ ਆਪਣਾ ਪਿਆਰ ਹਾਸਲ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਰਾਜ ਬਰਾੜ ਜੀ, ਕਾਫੀ ਟਾਈਮ ਤੋਂ ਤੁਹਾਡੀ ਕੋਈ ਮਿਊਜ਼ਿਕ ਐਲਬਮ ਜਿਹੜੀ ਨਹੀਂ ਆਈ, ਫਿਲਹਾਲ ਕੋਈ ਆਉਣ ਦੇ ਸਮੇਂ ਦੇ ਵਿੱਚ ਕੋਈ ਪਲੈਨਿੰਗ? ਨਾ ਵੀਰ, ਪਤਾ ਨਹੀਂ ਲੱਗਿਆ ਕਿਹਨੂੰ ਆਈ ਤਾਂ ਸੀਗੀ, ਹੁਣ ਇੱਕ ਹੋਰ ਆ ਰਹੀ ਹੈ, ਹੁਣ ਸਿੰਗਲ ਟਰੈਕ ਰਿਲੀਜ਼ ਹੋ ਰਿਹਾ, ਅਤੇ ਕਲਾਕਾਰ ਕਦੇ ਮਰਦਾ ਨਹੀਂ ਆ। ਬਿਲਕੁਲ, ਹਾਂ ਉਹ ਤਾਂ ਹਮੇਸ਼ਾ ਕਲਾ ਹਮੇਸ਼ਾ ਜਿਉਂਦੀ ਰਹੀ। ਮੈਂ ਬਰਕਤ ਸਿੱਧੂ ਜੀ ਬਾਰੇ ਵੀ ਬੋਲਣਾ ਚਾਹੂੰਗਾ ਹੁਣ। ਹਾਂਜੀ, ਬਿਲਕੁਲ ਬਿਲਕੁਲ। ਮੈਨੂੰ ਕਿਸੇ ਨੇ, ਬਰਕਤ ਸਿੱਧੂ ਜੀ ਦੀ ਡੈਥ ਹੋਈ ਆ ਹੁਣ, ਅਤੇ ਮੈਨੂੰ ਕਿਸੇ ਨੇ ਪੁੱਛਿਆ ਵੀ ਬਰਕਤ ਸਿੱਧੂ ਬਾਰੇ ਕੀ ਬੋਲਣਾ ਚਾਹੋਗੇ, ਮੈਂ ਕਿਹਾ ਵੀ ਮੈਂ ਉਹਨਾਂ ਬਾਰੇ ਬੋਲਣ ਜੋਗਾ ਹੈ ਹੀ ਨਹੀਂ ਹੈ, ਐਡੀ ਵੱਡੀ ਹਸਤੀ। ਪਰ ਇਹ ਹੈ ਵੀ ਉਹਨਾਂ ਨੇ ਮੈਨੂੰ ਆਪਦੇ 3 ਬੱਚੇ ਖੰਭ ਬਣ ਕੇ ਉੱਡਣ ਵਾਸਤੇ ਦਿੱਤੇ ਸੀਗੇ, ਜੇ ਕਲਾਕਾਰ ਕਦੇ ਮਰਦਾ ਨਹੀਂ ਹੈ, ਨਾ ਉਹਦੇ ਗਾਣੇ ਮਰ, ਨਾ ਉਹਦੀ ਆਵਾਜ਼ ਮਰੇ। ਹੁਣ ਯਾਦ ਕਰਦੇ ਅੱਜ ਵੀ ਮਾਨਕ ਸਾਹਿਬ, ਚਮਕੀਲਾ ਜੀ, ਜਾਂ ਜਿੰਨੇ ਵੀ ਪੁਰਾਣੇ ਸਿੰਗਰ ਹੋਏ ਆ, ਸਭ ਦੀਆਂ ਆਵਾਜ਼ਾਂ 'ਚ ਆਉਂਦਾ। ਅਤੇ ਅੱਜ ਆਪਾਂ ਇਸ ਮੁੱਦੇ 'ਤੇ ਗੱਲ ਕਰੀਏ ਤਾਂ ਸਪਨ ਮਚੰਦਾ ਦੀ ਕੋਸ਼ਿਸ਼ ਕਾਮਯਾਬ ਹੋਵੇ ਮੈਂ ਦੁਆ ਵੀ ਕਰਦਾ। ਬਿਲਕੁਲ, ਇੰਨੇ ਕਹਿ ਸਕਦੇ ਹਾਂ ਇਸ ਤੋਂ ਬਾਅਦ। ਠੀਕ ਹੈ ਜੀ, ਅਤੇ ਤੁਹਾਨੂੰ ਕੀ ਲੱਗਦਾ ਕਿ ਇੱਕ ਤਾਂ ਜਿਹੜੀ ਇਹ ਡਾਇਰੈਕਟ ਰਿਲੀਜ਼ ਕੀਤੀ ਗਈ ਹੈ, ਜਿਹੜੇ ਆਮ ਸਧਾਰਨ ਦਰਸ਼ਕ ਨੇ, ਸਰੋਤੇ ਨੇ, ਜਿਹੜੇ ਲੋਕ ਇਹਨਾਂ ਲੋਕਾਂ ਨੂੰ, ਕਲਾਕਾਰਾਂ ਨੂੰ ਇੱਥੋਂ ਐਡੇ ਮੁਕਾਮ ਤੱਕ ਪਹੁੰਚਾਉਂਦੇ ਆ, ਕੀ ਉਹ ਬੰਦੇ ਕੰਟੈਕਟ ਕਰ ਸਕਦੇ ਇਹਨਾਂ ਲੋਕਾਂ ਦੇ ਨਾਲ, ਉੱਥੋਂ ਤੱਕ ਪਹੁੰਚ ਕਰ ਸਕਦੇ ਆ? ਇਹੀ ਪ੍ਰੋਬਲਮ ਲੱਗਦੀ, ਮੈਨੂੰ ਵੀ ਇਹੀ ਪ੍ਰੋਬਲਮ ਲੱਗਦੀ। ਕੀ ਕਹਿਣਾ ਚਾਹੋਗੇ ਤੁਸੀਂ? ਵੀ ਇਹ ਤਾਂ ਆਪਣੇ ਮੀਡੀਆ ਪਰਸਨ ਤੱਕ ਹੀ ਪਹੁੰਚਦੀ ਹੈ, ਤਾਂ ਕਲਾਕਾਰ ਤੱਕ ਪਹੁੰਚਣੀ ਆ, ਵੀ ਲੋਕਾਂ ਤੱਕ ਕਿਵੇਂ ਪਹੁੰਚੂ ਗੱਲ ਇਹ? ਵੀ ਉਹਦਾ ਨੰਬਰ ਹੈ, ਬੰਬੇ ਦੀਆਂ ਵੀ ਹੁਣ ਡਾਇਰੈਕਟਰਾਂ ਲੱਭ ਰਹੀਆਂ, ਐਕਟਰਾਂ ਦੀਆਂ। ਅੱਜ ਹੁਣ ਆਪਾਂ ਕਿਰਨ ਖੇਰ ਜੀ ਨੂੰ ਮੈਂ ਮਿਲਿਆ, ਮੇਰੀ ਰੂਹ ਨੂੰ ਸਕੂਨ ਮਿਲਿਆ, ਕਿਉਂਕਿ ਮੈਂ ਫੈਨ ਹਾਂ ਉਹਨਾਂ ਦਾ, ਅਤੇ ਮੈਂ ਅੱਜ ਤਾਂ ਹੀ ਉਹਨਾਂ ਦੇ ਚਰਨ ਸਪਰਸ਼ ਕੀਤੇ ਸੀਗੇ ਜੀ, ਵੀ ਮੈਂ ਉਹਨਾਂ ਦਾ ਫੈਨ ਹਾਂ। ਅਤੇ ਉਹ ਆ ਵੀ ਆਮ ਲੋਕਾਂ ਤੱਕ ਕਿਵੇਂ ਪਹੁੰਚੂ, ਉਹਨੂੰ ਪ੍ਰਮੋਟ ਕਰਨ ਦਾ ਤਰੀਕਾ ਇੱਕ, ਪ੍ਰਮੋਟ ਕਿਵੇਂ ਕਰਨਾ ਉਹਨੂੰ, ਉਹ ਹੁਣ ਸਪਨ ਮਨਚੰਦਾ ਹੀ ਜਾਣਦੇ ਵੀ ਕਿਵੇਂ ਕਰਨਗੇ। ਉਹ ਪ੍ਰਮੋਟ ਹੋਣੀ ਚਾਹੀਦੀ, ਆਮ ਲੋਕਾਂ ਤੱਕ ਜਾਣੀ ਚਾਹੀਦੀ ਹੈ। ਹਾਂ, ਸਾਨੂੰ ਆਮ ਲੋਕਾਂ ਨਾਲ ਹੀ ਗੱਲ ਕਰਕੇ ਖੁਸ਼ੀ ਹੁੰਦੀ, ਸਾਨੂੰ ਆਮ ਲੋਕਾਂ ਨੇ ਬਣਾਇਆ ਕਲਾਕਾਰਾਂ ਨੂੰ, ਤਾਂ ਹੀ ਉਹ ਸਾਡਾ ਨੰਬਰ ਲੱਭਦੇ ਆ, ਤਾਂ ਹੀ ਸਾਨੂੰ ਪਿਆਰ ਕਰਦੇ ਆ, ਤਾਂ ਹੀ ਸਾਡੇ ਨਾਲ ਫੋਟੋ ਕਰਾਉਂਦੇ ਆ, ਤਾਂ ਹੀ ਸਾਡੇ ਨਾਲ ਆਟੋਗ੍ਰਾਫ ਲੈਂਦੇ ਆ, ਅਤੇ ਉਸੇ ਖੁਸ਼ੀ ਦੀ ਖਾਤਰ ਹੀ ਕਲਾਕਾਰ ਬਣੇ ਆ। ਥੈਂਕ ਯੂ ਜੀ, ਸਾਡਾ ਥੈਂਕ ਯੂ। ਸੋ ਰਾਜ ਬਰਾੜ ਜੀ ਦਾ ਵੀ ਇਹੀ ਕਹਿਣਾ ਕਿ ਜਿਹੜੀ ਡਾਇਰੈਕਟਰੀ ਆ ਆਮ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ, ਤਾਂ ਕਿ ਆਮ ਦਰਸ਼ਕ ਜਿਨ੍ਹਾਂ ਨੇ ਇਹਨਾਂ ਕਲਾਕਾਰਾਂ ਨੂੰ ਇੰਨੇ ਵੱਡੇ ਮੁਕਾਮ 'ਤੇ ਪਹੁੰਚਾਇਆ, ਤਾਂ ਕਿ ਉਹ ਵੀ ਉਹਨਾਂ ਤੱਕ ਆਪਣੀ ਪਹੁੰਚ ਕਰ ਸਕਣ। ਕੈਮਰਾਮੈਨ ਮਨਮੀਤ ਸੈਣੀ ਦੇ ਨਾਲ ਪਰਮਿੰਦਰ ਤੇਜਾ, ਹਮਦਰਦ ਨਿਊਜ਼।